ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਲਾਸ ਐਂਜਲਸ ਦੇ ਵਿੱਚ ਉੱਥੇ ਕੀ ਹੁੰਦਾ ਹੈ ਕਿ ਕੁਝ ਲੋਕ ਇਕੱਠੇ ਹੁੰਦੇ ਆ ਹੁੱਲੜਵਾਜ਼ ਗੱਡੀ ਲੈਂਦੇ ਆ ਜਾ ਕੇ ਠਾਹ ਮਾਰਦੇ ਆ ਕਿਸੇ ਵੱਡੇ ਸਟੋਰ ਦੇ ਵਿੱਚ ਉਸ ਨੂੰ ਤੋੜ ਦਿੰਦੇ ਆ ਉਹਦੇ ਡੋਰ ਨੂੰ ਉਹਦੇ ਐਂਟਰੈਂਸ ਨੂੰ ਉਸ ਤੋਂ ਬਾਅਦ 20 25 30 50 ਬੰਦੇ ਜਾ ਵੜਦੇ ਆ ਉਸ ਸਟੋਰ ਦੇ ਅੰਦਰ ਤੇ ਲੁੱਟ ਲੈਂਦੇ ਆ ਜੋ ਸਮਾਨ ਪਿਆ ਹੁੰਦਾ ਹੈ ਜਦ ਤੱਕ ਪੁਲਿਸ ਪਹੁੰਚਦੀ ਹੈ ਵੱਡਾ ਨੁਕਸਾਨ ਹੋ ਚੁੱਕਾ ਹੁੰਦਾ ਹੈ ਔਰ ਇਹ ਘਟਨਾਵਾਂ ਉੱਥੇ ਆਮ ਹੋਣ ਲੱਗ ਪਈਆਂ ਇਹ ਆਪਣੇ ਆਪ 'ਚ ਬੜਾ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਇਹ ਜਿਹੜੀ ਲੁੱਟ ਖਸਟ ਦੁਨੀਆ ਦੇ ਵਿੱਚ ਵੱਧ ਰਹੀ ਹੈ ਆਪਣੇ ਇੱਥੇ ਐਕਸਟਰਸ਼ਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਕਾਰਾਂ ਖੋਹਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਹਰ ਪਾਸੇ ਸਮਾਜ ਦੇ ਵਿੱਚ ਇੱਕ ਬੜੀ ਹੀ ਅਫਰਾ ਤਫਰੀਦਾ ਮਾਹੌਲ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਇਦੇ ਕਾਰਨ ਕਈ ਹੋ ਸਕਦੇ ਆ ਮਾਨਸਿਕ ਲੋਕਾਂ ਦੀ ਹਾਲਤ ਠੀਕ ਨਹੀਂ ਜਾਂ ਅਮੀਰ ਗਰੀਬ ਦਾ ਫਰਕ ਵੱਧਦਾ ਜਾ ਰਿਹਾ ਹੈ ਬੇਰੁਜ਼ਗਾਰੀ ਹੈ ਪੁਲਿਸ ਦਾ ਨਕਮਾਪਨ ਕਾਨੂੰਨ ਦਾ ਸਖਤ ਨਾ ਹੋਣਾ ਕਈ ਕੁਝ ਹੋ ਸਕਦਾ ਹੈ ਪਰ ਸਚਾਈ ਇਹ ਹੈ ਕਿ ਆਮ ਨਾਗਰਿਕ ਜਿਹੜੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਲੋਕ ਜੀਂਦੇ ਆ ਉਹਨਾਂ ਦਾ ਰੀਜੀਨਾ ਦੂਬਰ ਹੁੰਦਾ ਜਾ ਰਿਹਾ ਹੈ ਜਿੱਥੇ ਕਿਤੇ ਵੀ ਜਾਵਾਂ ਜਿੱਥੇ ਕਿਤੇ ਵੀ ਜਾਈਦਾ ਹੈ ਅੱਜਕੱਲ੍ਹ ਹਰ ਜਗ੍ਹਾ ਇਹੀ ਚਿੰਤਾ ਪਾਈ ਜਾ ਰਹੀ ਹੈ ਕਿ ਸਾਡੇ ਦwale ਦwale ਇਹ ਹੋ ਕੀ ਰਿਹਾ ਕਿਸੇ ਨੂੰ ਵੀ ਥ੍ਰੈਟ ਆ ਰਹੀ ਹੈ ਔਰ ਫਰੋਤੀਆਂ ਦੀ ਇੱਕ ਨਵੀਂ ਜਿਹੜੀ ਲੜੀ ਚੱਲ ਪਈ ਹੈ ਤੇ ਇਹ ਆਪਣੇ ਆਪ 'ਚ ਸਾਰੇ ਬੜੇ ਗੰਭੀਰ ਵਿਸ਼ੇ ਆ ਜਿਨ੍ਹਾਂ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ